Viewers, welcome back to News TV84. Break the button as we gal baat karange. Shrovani Akali Dal Amritsar the East Coast the president, Sardar Sikhminder Singh Hansra, jehde ki kehnde tusan na phone line te jud chuke ne. Ji Veer ji, Vaheguru ji ka khalsa, Vaheguru ji ki fateh. Vaheguru ji ka khalsa, Vaheguru ji ki fateh ji. Ji Veer ji, jis tarah 6 July nu jehda Ludhiane de kol Hasanpur pind de vich panthak ikatth hoya, jis de vich Shrovani Akali Dal Amritsar de bahut sare aagu pahunche. Sab to pehla is gathering vich sare darshakan nu ajj ki kehna chahoge? ਮੈਂ ਸਮਝਦਾ ਕਿ ਪੰਥ ਦਾ ਇਹ ਸੰਘਰਸ਼ ਜਿਹੜਾ ਹੈ ਇਹ ਦੋਨੋਂ ਦਿਨ ਕਾਫੀ ਐਕਸਟੈਂਸਿਵ ਹੁੰਦਾ ਜਾ ਰਿਹਾ ਇਹ ਵੀ ਲੋਕਾਂ ਦੀ ਜਿਹੜਾ ਇੱਕ ਮਿਥਿਹਾਸ ਸੀ ਕਿ ਸਿੱਖ ਇਕੱਠੇ ਨਹੀਂ ਹੁੰਦੇ ਇਕੱਠੇ ਹੋ ਕੇ ਕੁਛ ਕਰਦੇ ਨਹੀਂ ਇਹ ਉਹ ਵੀ ਬਿਲਕੁਲ ਝੁਠਲਾਇਆ ਜਾ ਰਿਹਾ ਜੀ ਕਿਉਂਕਿ ਸਮੁੱਚਾ ਪੰਥ ਅਸੀਂ ਵੇਖ ਰਹੇ ਹਾਂ ਡਿਸਪਾਈਟ ਉਹਨਾਂ ਦੇ ਡਿਫਰੈਂਸਿਸ ਇੱਕ ਗੱਲ ਦੇ ਉੱਤੇ ਬਹੁਤ ਜ਼ਿਆਦਾ ਏਕਤਾ ਉਹਨਾਂ ਨੇ ਵਿਖਾਈ ਹੈ ਖਾਸ ਕਰਕੇ 6 July ਵਾਲੇ ਦਿਨ ਉਹ ਸੀ ਕਿ ਬਾਦਲ ਕਾਤਲ ਹੈ ਜਿਹੜਾ ਕਿ ਬਾਪੂ ਸੂਰਜ ਸਿੰਘ ਨੇ ਕਿਹਾ ਤੇ ਉਸ ਤੋਂ ਇਲਾਵਾ ਸਿੱਖ ਉੱਥੇ ਗੁਲਾਮ ਨੇ ਸਿੱਖਾਂ ਨੂੰ ਆਜ਼ਾਦੀ ਚਾਹੀਦੀ ਹੈ ਇਹ ਸਿਰਫ ਹੁਣ 5-7 ਸਿੰਘਾਂ ਦੀ ਰਿਹਾਈ ਦਾ ਮੁੱਦਾ ਨਹੀਂ ਰਹਿ ਗਿਆ ਬਲਕਿ ਇਸ ਸਾਰੇ ਐਪੀਸੋਡ ਦੇ ਦੌਰਾਨ ਜੋ ਸਰਕਾਰ ਦਾ ਰਵੱਈਆ ਸੀ ਖਾਸ ਕਰਕੇ ਉਸ ਨੇ ਮੈਂ ਸਮਝਦਾ ਹਾਂ ਕਿ ਸਮੁੱਚੇ ਸਿੱਖ ਜਗਤ ਨੂੰ ਕਿਤੇ ਵੀ ਉਹ ਰਹਿੰਦਾ ਹੋਵੇ ਡੈਮੋਗ੍ਰਾਫਿਕਲੀ ਉਹਨੂੰ ਇਹ ਅਹਿਸਾਸ ਕਰਵਾ ਦਿੱਤਾ ਇੱਕ ਵਾਰੀ ਫਿਰ ਕਿ ਤੁਸੀਂ ਗੁਲਾਮ ਹੋ ਇਸ ਮੁਲਕ ਦੇ ਵਿੱਚ ਤੁਹਾਡੀਆਂ ਐਜੀਟੇਸ਼ਨਾਂ ਤੁਹਾਡੇ ਰਾਈਟਸ ਤੁਹਾਡੇ ਤੁਹਾਡੇ ਤੁਹਾਡੀਆਂ ਭਾਵਨਾਵਾਂ ਇਹਨਾਂ ਦੀ ਕੋਈ ਕਦਰ ਨਹੀਂ ਹੈ ਹਾਂਜੀ ਜੀ ਬਿਲਕੁਲ ਤੇ ਵੀਰ ਜੀ ਸਰ ਬਾਪੂ ਸੂਰਜ ਸਿੰਘ ਖਾਲਸਾ ਨੇ ਬਾਦਲ ਨੂੰ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੱਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇੱਕ ਗੱਲ ਮੈਂ ਨਾਲ ਇਹ ਕਹਿਣੀ ਭੁੱਲ ਗਿਆ ਕਿ ਬਾਪੂ ਸੂਰਤ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ ਆ ਇਹ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖੀ ਜਾਏਗੀ ਉਸਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਉਸਦਾ ਮੁੰਡਾ ਉਸਦੀ ਨੂੰਹ ਤੇ ਉਹਦੇ ਰਿਸ਼ਤੇਦਾਰ ਇੰਦਰਾ ਗਾਂਧੀ ਵਾਲੇ ਜਨਰਲ ਵੈਦਿਆ ਵਾਲੇ ਮੁੱਖ ਮੰਤਰੀ ਬੇਅੰਤ ਸਿੰਘ ਵਾਲੇ ਇਹਨਾਂ ਰਸਤਿਆਂ ਦੇ ਉੱਤੇ ਚੱਲ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਰਸਤੇ ਬੜੇ ਖਤਰਨਾਕ ਨੇ ਭਾਵ ਇਹ ਰਸਤਿਆਂ ਦੇ ਉੱਤੇ ਚੱਲਦਿਆਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦਾ ਅੰਤ ਕਿਸ ਤਰ੍ਹਾਂ ਹੋਇਆ ਸੀ ਇਹ ਜਿਹੜਾ ਏਡਾ ਵੱਡੀ ਮੁਫ਼ਤ ਸਲਾਹ ਦੇ ਦੇਣੀ ਬਾਦਲ ਦੇ ਸਾਰੇ ਖਾਨਦਾਨ ਨੂੰ ਇਹ ਮੈਨੂੰ ਲੱਗਦਾ ਜਾਂ ਤਾਂ ਬਾਦਲ ਅੰਨਾ ਤੇ ਬੋਲਾ ਹੋਏਗਾ ਉਸਨੂੰ ਇਹ ਗੱਲ ਸਮਝ ਨਹੀਂ ਆਏਗੀ ਨਹੀਂ ਤਾਂ ਫਿਰ ਉਹਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਸਦਾ ਮਤਲਬ ਕੀ ਹੈ ਬਿਲਕੁਲ ਜੀ ਤੇ ਵੀ ਤੁਸੀਂ ਗੱਲ ਕੀਤੀ ਕਿ ਜਿਸ ਤਰ੍ਹਾਂ ਬਾਪੂ ਸੂਰਜ ਸਿੰਘ ਖਾਲਸਾ ਨੇ ਬਾਦਲ ਨੂੰ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੱਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਨੂੰ ਇਸ ਕੋਲੋਂ ਆਜ਼ਾਦ ਕਰਨ ਦੀ ਮੰਗ ਕੀਤੀ ਹੈ ਜਿਸ ਤਰ੍ਹਾਂ ਬਾਪੂ ਸੂਰਜ ਸਿੰਘ ਖਾਲਸਾ ਨੇ ਸਾਰੇ ਪੰਥਕ ਜਥੇਬੰਦੀਆਂ ਨੂੰ ਇੱਕ ਪਲੈਟਫਾਰਮ ਤੇ ਲੈ ਕੇ ਆਉਂਦਾ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਲੈਕਸ਼ਨ ਆਉਣਗੇ ਉਸ ਦੇ ਵਿੱਚ ਕੋਈ ਇਹਨਾਂ ਜਥੇਬੰਦੀਆਂ ਵੱਲੋਂ ਸਾਂਝਾ ਐਕਸ਼ਨ ਵੇਖਣ ਨੂੰ ਮਿਲੇਗਾ ਮੈਂ ਤਾਂ ਉਹ ਜਿਸ ਤਰ੍ਹਾਂ ਕਹਿੰਦੇ ਹੁੰਦਾ ਕਈ ਫਿਲਾਸਫਰ ਕਹਿ ਦਿੰਦੇ ਨੇ ਡਾਕਟਰ ਸਾਹਿਬ ਵੀ ਸ਼ਾਇਦ ਕਹਿੰਦੇ ਹੋਣੇ ਕਿ ਸ਼ਾਲਾ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਕੌਮ ਨੂੰ ਨਜ਼ਰ ਨਾ ਲੱਗ ਜਾਵੇ ਜਿਸ ਕਦਰ ਮੈਂ ਏਕਤਾ ਵੇਖ ਰਿਹਾ ਜਿਸ ਕਦਰ ਮੈਂ ਉਹ ਵੀ ਲੋਕ ਜਿਹੜੇ ਬਾਦਲ ਦੇ ਗੋਡਿਆਂ ਵਿੱਚ ਬੈਠੇ ਸੀ ਉਹ ਵੀ ਇੱਥੇ ਆ ਕੇ ਬਾਦਲ ਦੇ ਖਿਲਾਫ਼ ਬੋਲ ਰਹੇ ਨੇ ਗੁਰੂ ਸਾਹਿਬ ਦੀ ਹਜ਼ੂਰੀ ਸੀਗੀ ਜੇ ਉਹਦੇ ਵਿੱਚੋਂ 51% ਵੀ ਉਹਨਾਂ ਦੀਆਂ ਭਾਵਨਾਵਾਂ ਸੱਚੀਆਂ ਹੋਈਆਂ ਤਾਂ ਬਾਦਲ ਕੀ ਉਸ ਧਰਤੀ ਦੇ ਉੱਤੇ ਬਾਦਲ ਵਰਗੀ ਸੋਚ ਵਾਲਾ ਇਨਸਾਨ ਵੀ ਲੱਭਿਆ ਨਹੀਂ ਸੀ ਆਉਣਾ ਇਹ ਪੰਥਕ ਇਕੱਠ ਜਿਹੜਾ ਹੈ ਇਹਦੇ ਵਿੱਚ 50% ਵੀ ਸੱਚਾਈ ਕਿਤੇ ਆ ਜਾਵੇ ਮੈਂ ਪੂਰਾ ਆਪਟਮਿਸਟਿਕ ਹਾਂ ਕਿ ਸਾਰੇ ਦੇ ਸਾਰੇ ਲੋਕ ਇਹਨਾਂ ਨੇ ਬਹੁਤਿਆਂ ਨੇ ਹੁਣ ਮੱਛੀ ਵਾਂਗ ਪੱਥਰ ਚੱਕ ਲਿਆ ਪੱਥਰ ਵੇਖ ਲਿਆ ਪੱਥਰ ਬਿਲਕੁਲ ਬੇਸਵਾਦ ਹੈ ਇਹਨੂੰ ਚੰਗਾ ਨਹੀਂ ਲੱਗਿਆ ਇਹੀ ਕਾਰਨ ਆ ਕਿ ਇਹਨਾਂ ਨੇ ਜੰਮੂ ਦੇ ਵਿੱਚ ਭਾਈ ਜਸਜੀਤ ਸਿੰਘ ਜੰਮੂ ਦੀ ਸ਼ਹਾਦਤ ਦੇ ਕਾਨਫਰੰਸ ਦੇ ਉਹਨਾਂ ਦੀ ਅੰਤਮ ਅਰਦਾਸ ਦੇ ਉੱਤੇ ਏਕਤਾ ਦਾ ਸਬੂਤ ਦਿੱਤਾ ਭਾਵੇਂ ਕਿ ਵਿੱਚ ਥੋੜੀਆਂ ਬਹੁਤ ਕਿਤੇ ਨਾ ਕਿਤੇ ਊਣਤਾਈਆਂ ਹੋਣਗੀਆਂ ਇਹ ਡਜ਼ਨ ਰੀਲੀ ਮੈਟਰ ਮੈਂ ਬਿਗਰ ਕੈਨਵਸ ਦੇ ਉੱਤੇ ਜਦੋਂ ਇਹ ਸਾਰੀ ਤਸਵੀਰ ਵੇਖਦਾ ਤਾਂ ਮੈਨੂੰ ਲੱਗਦਾ ਕਿ ਪੰਥ ਵਿਰੋਧੀ ਜਿਹੜੇ ਲੋਕ ਨੇ ਹੁਣ ਉਹਨਾਂ ਦੀ ਰਾਜਨੀਤਿਕ ਤੌਰ ਦੇ ਉੱਤੇ ਸ਼ਾਮਤ ਆ ਗਈ ਆ ਜੀ ਜੀ ਅਮੇ ਵੀਰ ਜੀ ਜਿਸ ਤਰ੍ਹਾਂ ਪੰਥਕ ਜਥੇਬੰਦੀਆਂ ਨੇ ਉਹ ਤਾਂ ਕਾਫੀ ਜਾਗਰੂਕ ਨੇ ਜਾਂ ਪੱਥਰ ਜਨਰਲ ਮੈਂਬਰਸ ਆ ਜਾਂ ਐਕਸਟੈਂਡਡ ਮੈਂਬਰਸ ਆ ਕਾਫੀ ਜਾਗਰੂਕ ਨੇ ਪਰ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਤਾਂ ਆਜ਼ਾਦ ਨਹੀਂ ਹੈ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਵੀ ਆਜ਼ਾਦ ਨਹੀਂ ਹੈ ਕਿਉਂਕਿ ਇਹੀ ਕਾਰਨ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਹਫ਼ਤੇ ਜਿੱਥੇ ਦਾ ਅਕਾਲ ਤਖ਼ਤ ਸਾਹਿਬ ਜਦੋਂ ਇੱਥੇ ਨਿਊਯਾਰਕ ਦੇ ਵਿੱਚ ਕੁਈਨਸ ਦੇ ਵਿੱਚ ਰਿਚਮਨ ਹਿੱਲ ਗੁਰਦੁਆਰੇ ਦੇ ਵਿੱਚ ਆਏ ਤਾਂ ਇੱਥੇ ਦੇ ਲੋਕਾਂ ਨੇ ਉਹਨਾਂ ਨੂੰ ਗੱਦਾਰ ਵੀ ਦੱਸਿਆ ਅਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਬਾਦਲ ਦੇ ਖਿਲਾਫ਼ ਵੀ ਨਾਅਰੇਬਾਜ਼ੀ ਲਗਾਈ ਹੈ ਪਰ ਪੰਜਾਬ ਦੇ ਵਿੱਚ ਤਾਂ ਬਾਦਲ ਦੀ ਗੁੰਡਾਗਰਦੀ ਖੁੱਲ੍ਹੇਆਮ ਚੱਲਦੀ ਹੈ ਚਲੋ ਪੰਥਕ ਜਥੇਬੰਦੀਆਂ ਨੂੰ ਤਾਂ ਕਾਫ਼ੀ ਲੋਕਾਂ ਨੂੰ ਪਤਾ ਹੈ ਉਹ ਜਾਗਰੂਕ ਨੇ ਪਰ ਜਿਹੜੇ ਆਮ ਲੋਕ ਨੇ ਕਿ ਉਹ ਵੀ ਜਾਗਰੂਕ ਹੋਣਗੇ ਇਸ ਵਾਰ ਕਿ ਅਸੀਂ ਉਹਨਾਂ ਨੂੰ ਵੀ ਜਾਗਰੂਕ ਕਰਨ ਦੇ ਵਿੱਚ ਪੂਰਾ ਕੁਛ ਕਰ ਸਕਾਂਗੇ
ਦੇਖੋ ਜੀ, ਹੁਣ ਤੋਂ ਲੈ ਕੇ 2017 ਤੱਕ ਜੇ ਅਸੀਂ ਗੱਲ ਕਰ ਲਈ, ਜਿਸ ਤਰ੍ਹਾਂ ਤੁਸੀਂ ਸ਼ੁਰੂ ਦੇ ਵਿੱਚ ਵੀ ਪੰਜਾਬ ਦੀਆਂ ਇਲੈਕਸ਼ਨਾਂ ਦੀ ਗੱਲ ਕੀਤੀ ਹੈ, ਇਹ ਲੰਬਾ ਸਮਾਂ ਹੈ, ਕਾਫੀ ਲੰਬਾ ਸਮਾਂ ਹੈ। ਲੋਕਾਂ ਦੀ ਜਿਹੜੀ ਯਾਦਦਾਸ਼ਤ ਹੈ ਕਈ ਵਾਰ ਛੋਟੀ ਵੀ ਹੁੰਦੀ ਹੈ, ਪਰ ਹੁਣ ਇਹ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋਈਆਂ, ਚਾਹੇ ਉਹ ਹਸਨਪੁਰ ਦੇ ਵਿੱਚ ਹੋਈਆਂ ਜਾਂ ਪਹਿਲਾਂ ਜੰਮੂ ਦੇ ਵਿੱਚ ਹੋਈਆਂ ਸੀ, ਮੈਂ ਸਮਝਦਾ ਕਿ ਇਹਨਾਂ ਨੂੰ ਹੁਣ ਆਪਣਾ ਹੋਮਵਰਕ ਕਰਨਾ ਸ਼ੁਰੂ ਕਰਨਾ ਚਾਹੀਦਾ, ਤਾਂ ਕਿ ਬਾਪੂ ਸੂਰਤ ਸਿੰਘ ਨੇ ਜੋ ਕੰਮ ਕਰਨਾ ਸੀ ਇੱਕ ਬਜ਼ੁਰਗ ਹੋਣ ਦੇ ਨਾਤੇ, ਉਹ ਆਪ ਸ਼ਹਾਦਤ ਦੇ ਰਸਤੇ ਤੇ ਪਏ ਹੋਏ ਨੇ। ਇਹ ਉਹਨਾਂ ਦੀ ਦ੍ਰਿੜਤਾ, ਇਹ ਗੁਰੂ ਪਾਤਸ਼ਾਹ ਦੀ ਬਖਸ਼ ਆ ਉਹਨਾਂ ਦੇ ਉੱਤੇ ਕਿ ਉਹ ਅਜੇ ਵੀ ਉੱਥੇ ਦ੍ਰਿੜ ਖੜੇ ਆ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਕਿ ਜਿੰਨੀ ਮੈਨੂੰ ਕੋਈ ਸਜ਼ਾ ਦੇ ਸਕਦੀ ਸੀ ਸਰਕਾਰ, ਉਹ ਤਾਂ ਮੈਂ ਆਲਰੇਡੀ ਸਜ਼ਾ ਭੁਗਤ ਲਈ ਆ, ਸੋ ਮੈਨੂੰ ਤਾਂ ਕਿਸੇ ਦੀ ਪਰਵਾਹ ਨਹੀਂ ਹੈਗੀ। ਸੋ ਸਾਨੂੰ ਹੁਣ ਪੋਲੀਟੀਕਲੀ ਇਸ ਤੋਂ ਬਹੁਤ ਕੁਛ ਸਿੱਖਣ ਦੀ ਜ਼ਰੂਰਤ ਹੈ, ਖਾਸ ਕਰਕੇ ਪੰਜਾਬ ਦੀਆਂ ਜਥੇਬੰਦੀਆਂ ਨੂੰ, ਨਾਲ ਪੰਜਾਬ ਤੋਂ ਬਾਹਰ ਵੀ ਜਿਹੜੀਆਂ ਜਥੇਬੰਦੀਆਂ ਦੀਆਂ ਯੂਨਿਟਸ ਨੇ ਉਹਨਾਂ ਨੂੰ ਵੀ ਏਦਾਂ ਦੀ ਹੋਈ ਫੀਡਬੈਕ ਵਾਪਸ ਦੇਣੀ ਚਾਹੀਦੀ ਹੈ। ਅਸੀਂ ਵੀ ਇਸ ਤਰ੍ਹਾਂ ਦੀ ਫੀਡਬੈਕ ਵਾਪਸ ਦੇ ਰਹੇ ਹਾਂ ਕਿ ਭਾਈ ਤੁਸੀਂ ਇਕੱਠੇ ਹੋ ਕੇ ਚੱਲੋ, ਗੱਲ ਇਕੱਠੇ ਹੋ ਕੇ ਚੱਲਣ ਲਈ ਬਣਦੇ ਆ, ਭਾਵੇਂ ਕਿ ਸਾਨੂੰ ਸਾਰਿਆਂ ਨੂੰ ਇਹ ਗੱਲ ਲੱਗਦੀ ਹੈ ਕਿ ਅਸੀਂ ਸਹੀ ਹਾਂ, ਦੂਸਰੇ ਗਲਤ ਨੇ, ਪਰ ਜੇ ਸਾਰੇ ਹੀ ਸਹੀ ਆ ਤਾਂ ਸਾਰੇ ਹੀ ਗਲਤ ਆ, ਚਲੋ ਇਸ ਗੱਲ ਤੇ ਧਿਆਨ ਕੇਂਦਰਿਤ ਕਰ ਲਈਏ, ਤਾਂ ਬਈ ਜਿਹੜਾ ਗਲਤ ਕੰਮ ਆ ਉਹਨੂੰ ਛੱਡ ਦਈਏ, ਜਿਹੜੇ ਜਿਹੜੇ ਸਹੀ ਕੰਮ ਨੇ ਆਪਣੇ ਉਹਨਾਂ ਨੂੰ ਇਕੱਠੇ ਲੈ ਕੇ ਤੁਰ ਪਈਏ, ਤਾਂ ਕਿ 2017 ਦੇ ਵਿੱਚ ਅਸੀਂ ਬਾਦਲ ਦਾ ਤੇ ਕਾਂਗਰਸ ਦਾ ਦੋਨਾਂ ਦਾ ਹੀ ਇੱਕੋ ਝਟਕੇ ਸਫਾਇਆ ਕਰ ਦਈਏ। ਕਿਤੇ ਆ ਤੀਜਾ ਜਿਹੜਾ ਸ਼ਰਾਰਤੀ ਜਾਂ ਖਿਡਾਰੀ ਤੁਰਿਆ ਫਿਰਦਾ ਨਾ ਆਮ ਆਦਮੀ ਪਾਰਟੀ ਵਾਲਾ, ਕਿਤੇ ਉਹ ਇਹਦੇ ਵਿੱਚੋਂ ਬਾਜੀ ਨਾ ਮਾਰ ਜਾਵੇ, ਇਸ ਚੀਜ਼ ਨੂੰ ਵੀ ਵੇਖਣ ਦੀ ਲੋੜ ਹੈ। ਬਿਲਕੁਲ ਬਿਲਕੁਲ ਅਮੀ ਵੀਰ ਜੀ, ਸਾਨੂੰ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਰੀਆਂ ਪੰਥਕ ਜਥੇਬੰਦੀਆਂ ਇੱਕ ਪਲੈਟਫਾਰਮ ਤੇ ਆ ਗਈਆਂ, ਐਂਡ ਇਸ ਚੀਜ਼ ਲਈ ਅਸੀਂ ਆਸ ਕਰਦੇ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਕੱਠੀਆਂ ਹੋ ਕੇ ਕੋਈ ਐਸਾ ਕੰਮ ਕਰਨ ਤੇ ਸਾਨੂੰ ਕਾਮਯਾਬ ਕਰਨ, ਤਾਂ ਕਿ ਸਾਡਾ ਪੰਜਾਬ ਇਹਨਾਂ ਲੋਕਾਂ ਦੇ ਕੋਲੋਂ ਆਜ਼ਾਦ ਹੋ ਜਾਏ। ਤਾਂ ਵੀਰ ਜੀ ਥੈਂਕ, ਦੇਖੋ ਪਹਿਲੀ ਕੈਨੇਡਾ ਈਸਟ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿੰਮੇਵਾਰੀ ਮੇਰੇ ਕੋਲ ਆ, ਅਸੀਂ ਸਾਰੇ ਇੱਕ ਦੋ ਦਿਨਾਂ ਦੇ ਵਿੱਚ ਇੱਥੋਂ ਦੇ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਸਾਰੇ ਬੈਠ ਕੇ ਆਪਣੇ ਵੱਲੋਂ ਪ੍ਰਧਾਨ ਸਰਦਾਰ ਸਿੰਘ ਰਣਜੀਤ ਸਿੰਘ ਮਾਨ ਹੋਣਾ ਨੂੰ, ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਤੇ ਦੂਸਰੇ ਜਿਹੜੇ ਸੱਜਣ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਇਹ ਸੁਨੇਹਾ ਜ਼ਰੂਰ ਬੜੀ ਸਟਰੋਂਗਲੀ ਭੇਜਾਂਗੇ ਕਿ ਪੰਥ ਨੂੰ ਇਸ ਏਕਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਹਰ ਤਰ੍ਹਾਂ ਦੀ ਅਕੋਮੋਡੇਸ਼ਨ ਕਰਕੇ ਇਸ ਏਕਤਾ ਨੂੰ ਬਰਕਰਾਰ ਰੱਖਿਆ ਜਾਏ ਤਾਂ ਕਿ ਅਸੀਂ ਇਕੱਠੇ ਹੋ ਕੇ ਕੰਮ ਕਰ ਸਕੀਏ। ਇਹ ਸਾਡੀ ਡਿਊਟੀ ਹੈ ਜਿਹੜੀ, ਉਹ ਅਸੀਂ ਇੱਥੋਂ ਠੋਕ ਵਜਾ ਕੇ ਪੂਰੀ ਕਰਾਂਗੇ। ਜੀ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ ਫੋਰ ਦੈਟ ਇਨਫੋਰਮੇਸ਼ਨ। ਵੀਰ ਜੀ, ਜਿਸ ਤਰ੍ਹਾਂ ਹੁਣ ਅਸੀਂ ਹੋਰ ਮੁੱਦਿਆਂ ਦੇ ਉੱਪਰ ਸਾਡੇ ਵਿਚਾਰ ਲੈਣਾ ਚਾਹਾਂਗੇ, ਉਸ ਤੋਂ ਪਹਿਲਾਂ ਜਿਸ ਤਰ੍ਹਾਂ ਬਾਦਲ ਸਰਕਾਰ ਹੋਵੇ ਜਾਂ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ, ਇਹਨਾਂ ਦੋਨਾਂ ਨੇ ਸਿੱਖਾਂ ਦੇ ਸੈਲਫ ਡਿਟਰਮੀਨੇਸ਼ਨ ਦੇ ਉੱਪਰ ਸਾਈਨ ਕੀਤਾ ਹੋਇਆ ਸੀ, ਪਰ ਦੋਨੇ ਹੀ ਭਗੋੜੇ ਨੇ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਪੰਜਾਬੀ ਦੀ ਕਹਾਵਤ ਆ ਰਹੀ ਜੀ, ਜੇ ਮਰੇ ਦਾ ਵੀ ਕੋਈ ਹੈ ਤੇ ਮੁੱਕਰੇ ਦਾ ਵੀ ਕੋਈ ਇਲਾਜ ਤਾਂ ਹੁੰਦਾ ਨੀ ਹੈਗਾ। ਜਿਹੜਾ ਬੰਦਾ ਦਸਤਖਤ ਕਰਕੇ ਮੁੱਕਰ ਜਾਵੇ ਉਹਦਾ ਕੀ ਇਲਾਜ ਆ? ਜਦੋਂ 1994 ਦੇ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਕਾਲ ਹੋਈ ਸੀ ਕਿ ਸਾਰੇ ਅਕਾਲੀ ਦਲ ਇੱਥੇ ਆ ਜਾਣ ਤੇ ਸਾਰੇ ਇੱਥੇ ਭੰਗ ਕਰ ਦਿਓ ਤੇ ਇੱਥੇ ਅਕਾਲੀ ਦਲ ਇੱਕ ਬਣਾਇਆ ਜਾਊਗਾ, ਉਦੋਂ ਬਾਦਲ ਨਹੀਂ ਸੀਗਾ, ਬਾਦਲ ਨਹੀਂ ਸੀਗਾ, ਬਾਦਲ ਨੇ ਨਹੀਂ ਸੀ ਭੰਗ ਕੀਤਾ, ਫਿਰ ਕਿਹੜਾ ਅਕਾਲ ਤਖ਼ਤ ਨੇ ਉਹਦੀ ਲੱਤ ਭੰਨ ਲਈ? ਸੋ ਭਾਵ ਸਾਨੂੰ ਸਾਡੇ ਕਰਮਾਂ ਦੇ ਵਿੱਚ ਦ੍ਰਿੜ ਹੋਣਾ ਚਾਹੀਦਾ ਹੈ। ਸਾਨੂੰ ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਨੇ ਕਿਹਾ ਹੈ, ਇਹ ਤਿੰਨੇ ਹੀ ਸਾਡੇ ਤਿੰਨ ਚਾਰ ਪਿੱਲਰ ਨੇ ਪੰਜਾਬ ਦੇ, ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਸਾਹਿਬ, ਇਹਨਾਂ ਤਿੰਨਾਂ ਨੂੰ ਹੀ ਸਾਨੂੰ ਆਪਣੇ ਵੱਸ ਦੇ ਵਿੱਚ ਕਰਨ ਦੀ ਲੋੜ ਆ, ਤਿੰਨਾਂ ਤੋਂ ਹੀ ਬਾਦਲ ਨੂੰ ਖਦੇੜਨ ਦੀ ਲੋੜ ਆ। ਜਦ ਤੱਕ ਅਸੀਂ ਇਹ ਨਹੀਂ ਖਦੇੜਦੇ ਹੋ ਤੱਕ ਇਹ ਸਾਡੀ ਏਕਤਾ ਨੂੰ ਵੀ ਇਹਨਾਂ ਨੂੰ, ਕਿਉਂਕਿ ਇਹਨਾਂ ਲਈ ਬੜਾ ਸੁਖਾਲਾ ਇੱਥੇ ਚੰਦੂ ਬਾਜਰਾ ਵੈਨਕੂਵਰ ਦੇ ਵਿੱਚ ਜਦੋਂ ਆਪਣੇ ਆਪ ਨੂੰ ਪ੍ਰੋਫੈਸਰ ਕਹਿ ਕੇ ਪੜ੍ਹੇ ਲਿਖੇ ਲਰਨਡ ਇਨਸਾਨ ਹੋ ਕੇ ਐਡੀ ਖੋਖਲੀ ਗੱਲ ਕਰਦੇ ਆ ਕਿ ਜੇ ਹਿੰਦੂ ਤਾਂ ਵੀ ਸਿੱਖਾਂ ਦਾ ਧੱਕਾ ਕਰਨਗੇ ਤਾਂ ਅਸੀਂ ਉਹਨਾਂ ਦੇ ਵਿਰੁੱਧ ਖੜਾ ਹੈ, ਉਹਨਾਂ ਨੂੰ ਮਤਲਬ ਇੰਨਾ ਕੁਛ ਹੋਣ ਦੇ ਬਾਵਜੂਦ ਪ੍ਰੋਫੈਸਰ ਸਾਹਿਬ ਇਹ ਸੋਚਦੇ ਆ ਵੀ ਜਿਹੜੇ ਮੇਰੇ ਮੂਹਰੇ ਬੈਠੇ ਹੋਏ ਆ ਬੰਦੇ ਬੈਠੇ ਆ ਇਹਨਾਂ ਨੂੰ ਤੱਕ ਲਈ ਰਿਹਾ ਨੀ, ਸੋ ਮੈਂ ਜੋ ਕੁਛ ਮਰਜ਼ੀ ਬੋਲ ਜਾਵਾਂ। ਸੋ ਕਹਿ ਤਾਂ ਉਹਨਾਂ ਨੇ ਲਓ ਜੀ, ਜਦੋਂ ਹਿੰਦੂ ਦਾ ਵੀ ਧੱਕਾ ਕਰਨਗੇ ਸਿੱਖਾਂ ਦੇ ਨਾਲ, ਫਿਰ ਅਸੀਂ ਉਹਨਾਂ ਦੇ ਖਿਲਾਫ ਹੋ ਜਾਵਾਂਗੇ, ਉਹਨਾਂ ਨੂੰ ਕੋਈ ਧੱਕਾ ਨਹੀਂ ਦੀਦਾ ਕਿਉਂਕਿ ਅੰਨੇ ਆ ਬੋਲੇ ਆ, ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਬਿਲਕੁਲ ਭ੍ਰਿਸ਼ਟ ਹੋ ਚੁੱਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਰੇ ਹੀ ਬੰਦਿਆਂ ਦਾ। ਇਹ ਸਾਨੂੰ ਸੋਚਣ ਦੀ ਲੋੜ ਆ ਕਿ ਉਹਨਾਂ ਨੂੰ ਇਸ ਖੇਮਿਆਂ ਦੇ ਵਿੱਚੋਂ ਖਦੇੜਿਆ ਜਾਏ। ਜਦ ਤੱਕ ਅਸੀਂ ਨਹੀਂ ਖਦੇੜਦੇ ਉਦੋਂ ਤੱਕ, ਕਈ ਵਾਰ ਮੈਨੂੰ ਇਹ ਵੀ ਕਹਿਣ ਦੇ ਵਿੱਚ ਕੋਈ ਚਿਸਕ ਨਹੀਂ ਹੈ ਕਿ ਸਾਡੀ ਏਕਤਾ ਨੂੰ ਉਹਨਾਂ ਨੇ ਬਹੁਤ ਚਿਰ ਰਹਿਣ ਦੇਣਾ, ਕਿਉਂਕਿ ਕੁਛ ਲੋਕ ਏਕਤਾ ਦੇ ਵਿੱਚ ਉਹ ਵੀ ਆਏ ਹੋਏ ਨੇ ਜਿਹੜੇ ਬਾਦਲ ਦੇ ਗੋਡੇ ਦੇ ਕੋਲੋਂ ਉੱਠ ਕੇ ਆਏ ਆ। ਜੀ ਜੀ,
ਤਾਂ ਵੀਰ ਜੀ ਅਸੀਂ ਗੱਲ ਕੀਤੀ ਕਾਂਗਰਸ ਪਾਰਟੀ ਦੇ ਬਾਰੇ ਵੀ ਗੱਲਬਾਤ ਕੀਤੀ ਸੀ, ਬੀਜੇਪੀ ਜਾਂ ਬਾਦਲ ਦੇ ਬਾਰੇ ਵੀ ਗੱਲਬਾਤ ਕੀਤੀ, ਜਿੱਥੇ ਤੁਸੀਂ ਥਰਡ ਪਾਰਟੀ ਦੀ ਗੱਲ ਕੀਤੀ ਸੀ ਆਮ ਆਦਮੀ ਪਾਰਟੀ। ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੀ ਹੈ ਕਾਫੀ ਦਿੱਲੀ ਦੇ ਵਿੱਚ, ਉਹਨੇ ਆਪਣੀ ਜਗ੍ਹਾ ਬਣਾਈ ਹੋਈ ਹੈ, ਪਰ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਇਲੈਕਸ਼ਨ ਹੋਣਗੇ ਉਸ ਦੇ ਵਿੱਚ ਵੀ ਘਾਤਕ ਹੋਏਗੀ, ਕਿ ਉਸ ਦੇ ਵਿੱਚ ਜਿੱਤਣ ਦੇ ਚਾਂਸਿਸ ਹੋਣਗੇ? ਦੇਖੋ ਦੋ ਗੱਲਾਂ ਹੈਗੀਆਂ, ਮੈਂ ਬੜਾ ਸਪਸ਼ਟ ਹਾਂ ਇਸ ਗੱਲ ਦੇ ਉੱਤੇ। ਦੇਰ ਇਜ਼ ਨੋ ਡਾਊਟ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਹੁਣ ਤੱਕ ਸਾਨੂੰ ਲੀਡਰ ਕੁਛ ਨਜ਼ਰ ਆ ਰਹੇ ਨੇ, ਇਮਾਨਦਾਰ ਬੰਦੇ ਨੇ, ਮਿਹਨਤੀ ਬੰਦੇ ਨੇ, ਕੋਈ ਡਾਊਟ ਨਹੀਂ ਹੈ। ਪਰ ਸਾਡਾ ਕੇਸ ਵੱਖਰਾ ਹੈ, ਸਾਡਾ ਕੇਸ ਕੁਝ ਆਮ ਦੁਨੀਆ ਨਾਲੋਂ ਵੱਖਰਾ। ਜੇ ਤਾਂ ਅਸੀਂ ਸਿਰਫ ਇਹੀ ਚਾਹੁੰਦੇ ਹਾਂ ਕਿ ਪੰਜਾਬ ਚ ਚਲੋ ਕਰਪਸ਼ਨ ਖਤਮ ਹੋ ਜਾਵੇ, ਪੰਜਾਬ ਦੇ ਵਿੱਚੋਂ ਬਿਜਲੀ ਖਤਮ ਹੋ ਜਾਵੇ, ਸਾਡੇ ਤੇ ਰਾਜ ਕਰਨ ਵਾਲਾ ਫਿਰ ਵੀ ਬੇਸ਼ੱਕ ਦਿੱਲੀ ਦਾ ਹੀ ਰਹੇ ਪਰ ਸਾਨੂੰ ਇੰਨਾ ਕੁ ਸੁਖਾਲਾ ਹੋ ਜਾਵੇ, ਜੇ ਤਾਂ ਅਸੀਂ ਇਹ ਕੰਪਰੋਮਾਈਜ਼ ਜਾਂ ਅਕੋਮੋਡੇਸ਼ਨ ਭਾਲਣੀ ਹੋਵੇ ਫਿਰ ਤਾਂ ਸ਼ਾਇਦ ਆਮ ਆਦਮੀ ਪਾਰਟੀ ਬੈਸਟ ਬੈਕ ਹੋਏਗੀ। ਪਰ ਸਾਡਾ ਪਿਛਲੇ 30 ਸਾਲ ਦਾ ਜੋ ਸਫ਼ਰ ਹੈ ਉਹ ਸਾਨੂੰ ਇਹ ਦੱਸ ਰਿਹਾ ਕਿ ਅਸੀਂ ਬਿਖੜੇ ਪੈਂਡੇ ਦੇ ਰਾਹੀ ਹਾਂ। ਸਾਨੂੰ ਹੁਣ ਜੇ ਅਸੀਂ ਤੁਰੀ ਪਏ ਹਾਂ ਮੰਜ਼ਿਲ ਵੱਲ, ਜੇ ਅਸੀਂ ਮੰਜ਼ਿਲਾਂ ਮਿਸ ਹੀ ਲਈਆਂ ਨੇ, ਜੇ ਅਕਾਲ ਤਖ਼ਤ ਸਾਹਿਬ ਨੂੰ ਵਾਕਈ ਸਮਰਪਿਤ ਹਾਂ, ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਮੈਂਬਰ ਵੀ ਕਹਿੰਦੇ ਅਸੀਂ ਅਕਾਲ ਤਖ਼ਤ ਨੂੰ ਸਮਰਪਿਤ ਹਾਂ, ਫਿਰ 29 ਅਪ੍ਰੈਲ 1986 ਦਾ ਜਿਹੜਾ ਐਲਾਨਨਾਮਾ ਹੈ ਉਹ ਸਾਨੂੰ ਆਮ ਆਦਮੀ ਪਾਰਟੀ ਜਾਂ ਫਿਰ ਅਕੋਮੋਡੇਸ਼ਨ ਵੱਲ ਨਹੀਂ ਧੱਕਦਾ, ਉਹ ਸਾਨੂੰ ਮੁਕੰਮਲ ਆਜ਼ਾਦ ਵਤਨ ਖਾਲਿਸਤਾਨ ਵੱਲ ਚੱਲਦਾ ਹੈ। ਜੇ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਦੀ ਕਰਕੇ, ਸਿਰਫ ਤਸਵੀਰਾਂ ਤੇ ਪੋਸਟਰਾਂ ਦੇ ਲਈ ਗੋਲੀਆਂ ਖਾ ਸਕਦੇ ਹਾਂ, ਫਿਰ ਜਿਹੜੇ ਉਹਨਾਂ ਨੇ ਵਚਨ ਕਹੇ ਹੋਏ ਆ ਕਿ ਦਰਬਾਰ ਸਾਹਿਬ ਤੇ ਜਦੋਂ ਅਟੈਕ ਹੋਏਗਾ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਫਿਰ ਉਹ ਵੀ ਸਾਨੂੰ ਭੁਲਾਉਣੇ ਨਹੀਂ ਚਾਹੀਦੇ, ਸਾਨੂੰ ਉਹਨਾਂ ਤੇ ਵੀ ਪਹਿਰਾ ਦੇਣਾ ਚਾਹੀਦਾ। ਜੇ ਅਸੀਂ ਉਹਨਾਂ ਤੇ ਪਹਿਰਾ ਦਿੰਦੇ ਹਾਂ ਫਿਰ ਸਾਨੂੰ ਆਮ ਆਦਮੀ ਪਾਰਟੀ ਵਰਗੀ ਅਕੋਮੋਡੇਸ਼ਨ ਨਹੀਂ ਚਾਹੀਦੀ, ਸਾਨੂੰ ਖਾਲਿਸਤਾਨ ਆਜ਼ਾਦ ਵਤਨ ਰਾਜ ਚਾਹੀਦਾ ਜਿੱਥੇ ਦਿੱਲੀ ਦਾ ਹੁਕਮਰਾਨ ਸਾਡੇ ਉੱਤੇ ਰਾਜ ਨਾ ਕਰੇ, ਅਸੀਂ ਖੁਦ ਮੁਖਤਿਆਰ ਹੋਈਏ, ਅਸੀਂ ਖੁਦ ਮੁਖਤਿਆਰ ਹੋ ਕੇ ਆਪਣਾ ਭਵਿੱਖ ਆਪ ਉਲੀਕ ਸਕਦੇ ਹੋਈਏ। ਬਿਲਕੁਲ ਬਿਲਕੁਲ ਵੀਰ ਜੀ, ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਰੀਜ਼ਨ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਵਾਹਿਗੁਰੂ ਜੀ ਕਾ ਖਾਲਸਾ। ਫਤਿਹ ਬੁਲਾਉਣ ਤੋਂ ਪਹਿਲਾਂ ਇੰਨੀ ਗੱਲ ਮੈਂ ਜ਼ਰੂਰ ਕਹਿ ਰਿਹਾ ਕਿ ਇਹ ਜੋ ਬੀਜੇਪੀ ਹਿੰਦੂਤਵਾ ਪਾਰਟੀ ਆ, ਇਹਨਾਂ ਨੇ ਜਿੱਥੇ ਜਿੱਥੇ ਵੀ ਆਪਦੀਆਂ ਸਰਕਾਰਾਂ ਬਣਾਈਆਂ ਨੇ ਉੱਥੇ ਉੱਥੇ ਜੋ ਕੁਛ ਇਹਨਾਂ ਨੇ ਕਰਪਸ਼ਨ ਦੇ ਤਰੀਕੇ ਕੀਤਾ ਵਿਆਪਮ ਵਰਗੇ ਸੂਬਿਆਂ ਦੇ ਵਿੱਚ, ਉਹ ਸਾਡੇ ਸਾਹਮਣੇ ਆ ਕੇ ਕਿਸ ਤਰ੍ਹਾਂ ਲੋਕ ਮਰ ਰਹੇ ਨੇ ਕਬਰਾਂ ਤੇ, ਸਾਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਿਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।